ਜੀਤ ਵੈਪਰੀ ਵੀਰ ਸਮੂਹ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਮੈਂ ਬਲਾਚੌਰ ਤੋਂ ਪੱਤਰਕਾਰ ਰਾਜ ਸਿੰਘ, ਮੈਂ ਖੜ੍ਹਾ ਹਾਂ ਅੱਜ ਤਹਿਸੀਲ ਕੰਪਲੈਕਸ ਬਲਾਚੌਰ ਵਿਖੇ, ਜਿੱਥੇ ਕਿਰਤੀ ਕਿਸਾਨ ਅਤੇ CPIML ਵੱਲੋਂ ਲੋਕ ਹਿੱਤਾਂ ਦੀ ਘੋੜ ਨੂੰ ਜਾਰੀ ਰੱਖਦੇ ਹੋਏ ਇੱਕ ਸੰਘਰਸ਼ ਵਿੱਢਿਆ ਸੀ ਅਤੇ ਉਸ ਦੇ ਤਹਿਤ ਅੱਜ ਚਿੱਪ ਵਾਲੇ ਮੀਟਰ ਜਿਹੜੇ ਨਵੇਂ ਲੱਗਣੇ, ਉਹ ਪੈਟਰੋਲ ਦੀਆਂ ਕੀਮਤਾਂ ਅਤੇ ਹੋਰ ਬੇਹਤਾਸ਼ਾ ਮਹਿੰਗਾਈ ਦੇ ਖਿਲਾਫ਼ ਪ੍ਰਦਰਸ਼ਨ ਕੀਤਾ ਗਿਆ ਅਤੇ ਸ਼੍ਰੀ ਦੀਪਕ ਹਿੱਲਾ PCS SDM ਬਲਾਚੌਰ ਨੂੰ ਮੰਗ ਪੱਤਰ ਦਿੱਤਾ ਗਿਆ ਸੀ। ਇਸ ਸੰਬੰਧ ਵਿੱਚ ਸੰਘਰਸ਼ੀ ਆਗੂ ਕਾਮਰੇਡ ਕਰਨ ਸਿੰਘ ਰਾਣਾ ਦੇ ਨਾਲ ਜੋ ਗੱਲਬਾਤ ਕੀਤੀ ਗਈ ਉਹ ਅਜੀਤ ਵੈਬ ਦੇ ਰੂਬਰੂ ਕੀਤੀ ਜਾ ਰਹੀ ਹੈ। ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜੀ ਕਾਲ ਹੈ ਉਹ 11 ਤੋਂ 17 ਅਪ੍ਰੈਲ ਰੋਸ ਹਫ਼ਤਾ ਮਨਾਉਣ ਦੀ ਹੈ। ਇਸ ਰੋਸ ਹਫ਼ਤੇ 'ਚ ਅਸੀਂ ਜਿਹੜਾ ਕੇਂਦਰ ਸਰਕਾਰ ਨੇ ਵਾਅਦਾ ਖਿਲਾਫੀ ਕੀਤੀ ਹੈ ਉਹਦੇ ਖਿਲਾਫ਼ ਜਿਹੜਾ ਅਸੀਂ ਅੱਜ ਦਾ ਜਿਹੜਾ ਧਰਨਾ ਅੱਜ ਸ਼ੁਰੂ ਕੀਤਾ ਹੈ ਰੋਸ ਹਫ਼ਤਾ। ਅਤੇ ਅਸੀਂ ਇਹ ਫੈਸਲਾ ਕੀਤਾ ਸੀਗਾ ਵੀ ਰੋਸ ਹਫ਼ਤਾ ਜਿਹੜਾ ਹੈ ਇੱਥੇ ਜਿਹੜਾ ਉਹ ਮਤਲਬ ਧਰਨਾ ਦੇ ਕੇ SDM ਦਫ਼ਤਰ ਅਤੇ ਉਹਦਾ ਮੰਗ ਪੱਤਰ ਦੇ ਕੇ ਇਹ ਮਨਾਇਆ ਜਾ। ਉਹਦੇ 'ਚ ਇਹ ਵੀ ਕੀਤਾ ਵਾਅਦਾ ਖਿਲਾਫੀ ਹੋਈ ਹੈ। ਦੂਜਾ, ਡੀਜ਼ਲ ਪੈਟਰੋਲੀਅਮ ਦੇ ਰੇਟ ਜਿਹੜੇ ਆ ਉਹ ਤੇਜ਼ੀ ਨਾਲ ਵੱਧ ਰਹੇ ਅਤੇ ਇਹ ਤਾਂ ਕਹਿੰਦੇ ਸੀਗੇ ਵੀ ਕਿਸਾਨਾਂ ਦੀ ਆਮਦਨ ਆਪਾਂ ਦੁੱਗਣੀ ਕਰ ਦੇਣੀ। ਇਹ ਦੁੱਗਣੀ ਹੋਣ ਦੀ ਬਜਾਏ ਕਿਸਾਨਾਂ ਦੀ ਲਾਗਤ ਜਿਹੜੀ ਹੈ, ਇਨਪੁੱਟ ਜਿਹੜੀ ਹੈ ਉਹ ਦੁੱਗਣੀ ਹੋ ਰਹੀ ਹੈ, ਜਿਹਦੇ ਨਾਲ ਕਿਸਾਨਾਂ ਨੂੰ ਬਹੁਤ ਵੱਡਾ ਨੁਕਸਾਨ ਹੋਣਾ। ਨਾਲ ਨਾਲ ਸੱਤੀ ਹੋਈ ਹੈ ਬਈ ਜਿਹੜਾ ਬਿਜਲੀ ਐਕਟ 2020 ਸੀਗਾ, ਇਹ ਸਮਝੌਤਾ ਹੋਇਆ ਸੀਗਾ ਸੰਯੁਕਤ ਕਿਸਾਨ ਮੋਰਚੇ ਨਾਲ ਵੀ ਬਿਜਲੀ ਐਕਟ 2020 ਜਿਹੜਾ ਉਹ ਅਸੀਂ ਲਾਗੂ ਜਿਹੜਾ ਨਹੀਂ ਕਰਾਂਗੇ। ਉਹਦੇ ਬਿਜਲੀ ਐਕਟ 2020 ਉਹਦੇ ਤਹਿਤ ਜਿਹੜੇ ਹੈ ਇਹਨਾਂ ਨੇ ਉਹ ਪ੍ਰੀਪੇਡ ਮੀਟਰ ਜਿਹੜੇ ਆ ਲਾਉਣੇ ਸ਼ੁਰੂ ਕਰ ਦਿੱਤੇ। ਪ੍ਰੀਪੇਡ ਮੀਟਰ ਲਾਉਣ ਦਾ ਮਤਲਬ ਵੀ ਜਿਹੜੀਆਂ ਸਾਡੀਆਂ ਸਬਸਿਡੀਆਂ ਜਿਹੜੀਆਂ ਖਤਮ ਹੋ ਜਾਣਗੀਆਂ, ਆਮ ਲੋਕ ਪਰੇਸ਼ਾਨ ਹੋਣਗੇ। ਸੰਯੁਕਤ ਕਿਸਾਨ ਮੋਰਚੇ ਨੇ ਫੈਸਲਾ ਕੀਤਾ ਹੈ ਵੀ ਪ੍ਰੀਪੇਡ ਮੀਟਰ ਜਿਹੜੇ ਨਹੀਂ ਲਾਉਣ ਦੇਣੇ। ਅੱਜ ਦੇ ਇਸ ਧਰਨੇ ਦਾ ਮਕਸਦ ਇਹ ਵੀ ਹੈ ਵੀ ਅਸੀਂ ਸਰਕਾਰ ਨੂੰ ਪੰਜਾਬ ਦੀ ਨੂੰ ਵੀ ਸੁਨੇਹਾ ਦੇਣਾ ਚਾਹੁੰਦੇ ਹਾਂ, ਪੰਜਾਬ ਦੀ ਸਰਕਾਰ ਇਹਦੇ 'ਤੇ ਕਲੀਅਰ ਕਰੇ, ਆਪਣਾ ਵਰਸ਼ਨ ਕਲੀਅਰ ਕਰੇ ਵੀ ਇਹ ਕੀ ਚਾਹੁੰਦੀ ਹੈ। ਅਤੇ ਜੇ ਕਿਉਂਕਿ ਇਹ ਟਕਰਾਓ ਕਿਸਾਨ ਜਥੇਬੰਦੀਆਂ ਦਾ ਪੰਜਾਬ ਦੀ ਸਰਕਾਰ ਦੇ ਨਾਲ ਬਣ ਸਕਦਾ ਹੈ। ਜਦੋਂ ਅਸੀਂ ਤਾਂ ਕਿਉਂਕਿ ਸਾਡੇ ਸਮਝੌਤੇ ਦੀ ਲੰਘਣਾ, ਲਿਖਤੀ ਅਸੀਂ ਕਹਿ ਰਹੇ ਹਾਂ ਵੀ ਲਿਖਤੀ ਸਮਝੌਤੇ ਦੀ ਲੰਘਣਾ, ਤੁਸੀਂ ਗਲਤ ਕਰ ਰਹੇ ਹਾਂ, ਅਸੀਂ ਇਹ ਜਿਹੜਾ ਹੈ ਤੁਸੀਂ ਜਿਹੜਾ ਸਮਝੌਤੇ ਦੀ ਲੰਘਣਾ ਕਰੋਗੇ ਤਾਂ ਅਸੀਂ ਜਿਹੜੇ ਮੀਟਰ ਜਿਹੜੇ ਹੈ ਉਹ ਨਹੀਂ ਲੱਗਣ। ਸੋ ਮੀਟਰ ਜਿਹੜੇ ਆ ਅਸੀਂ ਹੁਣ ਉਹ ਨਹੀਂ ਲੱਗਣ ਦੇਣੇ। ਪ੍ਰੀਪੇਡ ਮੀਟਰ ਕਦੀ ਨੂੰ ਸਮਾਰਟ ਮੀਟਰ ਕਹੇ ਜਾਂਦੇ, ਸਮਾਰਟ ਮੀਟਰ ਅਤੇ ਪ੍ਰੀਪੇਡ ਮੀਟਰ ਵਨ ਐਂਡ ਦਾ ਸੇਮ ਥਿੰਗ, ਇੱਕ ਚੀਜ਼ ਹੈ। ਅਤੇ ਉਹ ਲਾ ਕੇ ਇਹ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਪਰੇਸ਼ਾਨ ਕਰਨਾ ਚਾਹੁੰਦੇ ਆ, ਅਸੀਂ ਉਹ ਬਿਲਕੁਲ ਨਹੀਂ ਬਰਦਾਸ਼ਤ ਕਰਦੇ। ਪ੍ਰੀਪੇਡ ਮੀਟਰ ਅਤੇ ਪੁਰਾਣੀ ਮੀਟਰ ਕੀ ਫਰਕ ਹੈਗਾ ਜੀ? ਦੇਖੋ, 2 ਸਾਲ ਪਹਿਲੋਂ ਜਿਹੜੇ ਹੈ ਉਹ ਇਲੈਕਟ੍ਰੋਨਿਕ ਮੀਟਰ ਲਾਏ ਸੀਗੇ, 2 ਸਾਲ ਪਹਿਲੋਂ ਜਿਹੜੇ ਇਲੈਕਟ੍ਰੋਨਿਕ ਮੀਟਰ ਲੱਗੇ ਸੀਗੇ। ਇਲੈਕਟ੍ਰੋਨਿਕ ਮੀਟਰ ਦਾ ਮਤਲਬ ਹੈ ਵੀ ਉਹ ਵੀ ਅਸੀਂ ਨਵੀਂ ਕਿਸਮ ਦੇ ਮੀਟਰ, ਅਸਲ 'ਚ ਉਹ ਵੀ ਜਿਹੜਾ ਸੀਗਾ ਉਹ ਕਾਰਪੋਰੇਟ ਨੂੰ ਫਾਇਦਾ ਦੇਣ ਲਈ ਲੋਕਾਂ ਦੇ ਖਪਤਕਾਰਾਂ ਤੋਂ ਪੈਸੇ ਪਾ ਦਿੱਤੇ ਪਏ ਸੀ ਇਲੈਕਟ੍ਰੋਨਿਕ ਮੀਟਰ ਲਾ ਦਿੱਤੇ, ਜਦਕਿ ਉਹ ਮੀਟਰ ਦੇ ਨਾਲ ਮੀਟਰ 'ਚ ਕੋਈ ਜਿਹੜਾ ਫਰਕ ਨਹੀਂ ਸੀਗਾ। ਹੁਣ ਜਿਹੜੇ ਮੀਟਰ ਇਹਦੇ 'ਚ ਚਿੱਪ ਐਡ ਹੋਏਗੀ, ਇਹਨਾਂ 'ਚ ਚਿੱਪ ਹੋਏਗੀ ਰੀਚਾਰਜ ਕਰਨ ਲਈ, ਅਤੇ ਨਾਲ ਜਿਹੜਾ ਕੈਮਰਾ ਜਿਹੜਾ ਇਹਦੇ ਵਿੱਚ ਫਿੱਟ ਹੈ, ਜਿਹੜਾ ਕੋਈ ਇਹਨੂੰ ਛੇੜਛਾੜ ਕਰੇਗਾ ਅਤੇ ਇਹਦੀ ਵੀ ਖਪਤਕਾਰ 'ਤੇ 7000 ਰੁਪਈਆ ਇਹਦਾ ਖਪਤਕਾਰ ਨੂੰ ਜਿਹੜਾ ਉਹ ਦੇਣਾ ਪਏਗਾ। ਇਸ ਕਰਕੇ ਸੰਯੁਕਤ ਕਿਸਾਨ ਮੋਰਚੇ ਦਾ ਇਹ ਫੈਸਲਾ ਦਰੁਸਤ ਹੈ। ਅਸੀਂ ਮੰਗ ਕਰਦੇ ਹਾਂ ਪੰਜਾਬ ਦੀ ਸਰਕਾਰ ਜਿਹੜੀ ਹੈ ਉਹ ਇਹਦੇ ਬਾਰੇ ਆਪਣੀ ਪਾਲਿਸੀ ਕਲੀਅਰ ਕਰੇ, ਕਿਸਾਨਾਂ ਨਾਲ ਟਕਰਾਓ 'ਚ ਨਾ ਆਵੇ, ਕਿਸਾਨਾਂ ਨਾਲ ਟਕਰਾਓ ਜਾਣ 'ਚ ਲੋਕਾਂ ਦਾ ਜਿਹੜਾ ਨੁਕਸਾਨ ਹੋਏਗਾ। ਅਗਲੀ ਸਾਥੀਓ ਸਾਡੀ ਗੱਲ ਅੱਜ ਦਾ ਜਿਹੜਾ ਸੀਗਾ ਵੀ ਅੱਜ ਜਿਹੜਾ ਅਸੀਂ ਪਿਛਲੀ ਸਰਕਾਰ ਦੇ ਸਮੇਂ ਦੇ ਦੌਰਾਨ ਕਰੋਨਾ ਕਾਲ ਦੇ ਪੀਰੀਅਡ 'ਚ ਰਾਜਸੀ ਰੰਜਿਸ਼ ਤਹਿਤ ਅਤੇ ਵੱਡੇ ਮਿੱਲ ਮਾਲਕਾਂ ਨੂੰ ਮਿਲ ਕੇ ਜਿਹੜੇ ਸੰਘਰਸ਼ੀ ਲੋਕ ਸੀਗੇ ਉਹਨਾਂ 'ਤੇ ਝੂਠੇ 188 ਦੇ ਜਿਹੜੇ ਹੈ ਉਹ ਮੁਕੱਦਮੇ ਦਰਜ ਕਰਵਾਏ, ਉਹਨਾਂ 'ਤੇ ਉਹ ਝੂਠੇ ਮੁਕੱਦਮੇ ਦਰਜ ਜਿਹੜੇ ਕਰਵਾਏ ਉਹਨਾਂ ਨੂੰ ਹੁਣ ਅਦਾਲਤ ਦੇ ਵਿੱਚ ਵੀ ਲਾ ਦਿੱਤਾ, ਚਲਾਣ ਪੇਸ਼ ਕਰਤਾ। ਜਦਕਿ ਚਲਾਣ ਤਾਂ ਆਪਾਂ 30 ਦਿਨ 'ਚ, ਕਿਉਂਕਿ ਉਹਦੀ 6 ਮਹੀਨੇ ਤਾਂ ਕੈਦ ਹੈ ਸਾਰੀ, ਹੋਰ ਧਾਰਾ ਲਾ ਲਓ ਉਹਦਾ 30 ਦਿਨ ਦੀ, 60 ਦਿਨ ਕਰ ਲਓ, ਹੋਰ ਧਾਰਾ ਕੋਈ ਲਾ ਲਓ ਉਹਨੂੰ 90 ਦਿਨ ਕਰ ਲਓ, 90 ਦਿਨ ਤੋਂ ਬਾਅਦ ਉਹ ਆਟੋਮੈਟਿਕਲੀ ਜਿਹੜਾ ਉਹ ਮੁਕੱਦਮਾ ਜਿਹੜਾ ਆ ਉਹ ਖਤਮ ਹੋ ਜਾਂਦਾ। ਉਹ ਮੁਕੱਦਮਿਆਂ ਨੂੰ ਉਹਨਾਂ ਨੂੰ ਪੇਸ਼ ਕਰਨਾ ਇੱਥੇ ਅਦਾਲਤ ਨੂੰ ਗੁੰਮਰਾਹ ਕਰਕੇ ਕੋਈ ਨਾ ਕੋਈ ਬਹਾਨਾ ਲਾ ਕੇ
वह तो सीधा ही धक्का लोगों नाल बई बई ये लोग बोलने ना तो हमेशा दबा के थले रहन। ये नाल नाल साथी साढ़े कुलविंदर सिंह सगे कुलविंदर सिंह जिहड़ा मजदूरों का लीडर सगा हैल्थ कैप उस नूं भावें बाकियों के तो मुकदमे दर्ज होंगे रहे एक जगदीश राम छे करीब साड़ा लीडर है उसके छे के करीब जोड़े मुकदमे झूठे तो उन्होंने जेल वो सिर्फ पंजाब के मुख्यमंत्री तो इतों का जोड़ा एम एल ए है वो शह तो हों रहा तो वह पैसे जोड़े खर्चता सगा पैसे वो जो हैल्थ कैब का मालिक जोड़ा वो खर्चता सगा तो वह चाहता यह सगा भी जोड़े 41 जोड़े साथी क्ढे है जिहड़े 41 वर्कर नजायज़ तौर पर कढ़े जिन्हें हक च पंजाब दी सरकार दे अधिकारियों ने लिखता सगा भी ये ठीक है भी ये जिहड़ा ये फैसला जिहड़ा सारा ठीक है वर्कर दुरुस्त है वर्कर अपने राह ते है वर्करां दी कोई कसूर नहीं वर्करां नूं ड्यूटी ते लिया जावे ये लेबर कमिश्नर ने रिपोर्ट करती सी उहदे बावजूद भी जिहड़ा धक्का जिहड़ा हुंदा रहा हुण उस केस नूं दबाउण लई 188 दे मुकदमे एक आ कुलविंदर सिंह उसनू कुटिया मारिया गुंडिया ने मैनेजर जिहड़ा फैक्टरी का वो आप विच इनवॉल्व सीगा उस फैक्टरी का हैल्थ कैब का उन्हू मतलब वो DDR लिख ली 325 का मुकदमा है 325 का मेडिकल रिपोर्ट है वो होर जो होया वो सारी सारा वो बयान दर्ज है वो DDR लिख के ही केस में जोड़ा है खोलिया नहीं असं वाह जोर ला के हैं सारे अधिकारियों SSP DIG DGP वो जी क्या करिए जी सरकार का दबाव बड़ा है मतलब असी चाहते हैं बी वो जिहड़ा कुलविंदर सिंह नाल जिन्हां ने गुंडागर्दी की है वो DDR बनी हुई है वो तुरंत जिहड़ा मुकदमा दर्ज किया जाए जिन जिहड़े भी गुनाहगार हैगे है जे ना ए होए तो फिर लाजमी तौर पर फिर सानू जिला पुलिस ते जिला प्रशासन के खिलाफ जिहड़ी है वो कार्रवाई करनी पेगी। ये असी मंग पत्र जिहड़ा अज डिस्ट्रिक्ट मजिस्ट्रेट जिला शहीद भगत सिंह नगर होरां नूं दिता है उन्होंने ये मांग की है भी झूठे मुकदमे जोड़े वो खारिज किए जा जोड़े मुकदमे बनते सके बनने चाहिए है वो बने नहीं उन्होंने जोड़ा तुरंत उन्होंने मुकदमे बना के दोषियों कानून के हवाले किया जाए। अज का जोड़ा साडा प्रोग्राम से लेबर ला बने हुए है पंजाब सरकार लेबर ला नो करे करनी चाहिए उन्होंने उन्होंने जोड़ा घंटे घटाए जा शिफ्टां करता जाए काम ता कि कोई 8 घंटे तो बाद किसी तो काम ना लिया जाए जे लिया जाता तो डबल ओवर टाइम के लाभ बने हुए हैं। देश दुनिया दी ताज़ा खबरों के लिए हुणे प्ले स्टोर तो डाउनलोड करो पंजाब की आवाज़ अजीत न्यूज़ ऐप।